ਛੱਬੀ ਵਿਖੇ ਪੰਜਾਬ ਸਹਾਰਾ ਦਲ ਮਹਾਰਾਜਾ ਦਲੀਪ ਸਿੰਘ ਅਤੇ ਸੱਚਖੰਡ ਵਾਸੀ ਬੀਬੀ ਤੇਜ ਕੌਰ ਵੀਰ ਜੀ ਦੇ ਪਰਿਵਾਰ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ਼੍ਰੀ ਵਿਸ਼ਵਕਰਮਾ ਜੀ ਦਾ ਜਨਮ ਦਿਹਾੜਾ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ ਅਤੇ ਨਾਲ ਹੀ ਖੂਨਦਾਨ ਕੈਂਪ ਵੀ ਲਾਇਆ ਗਿਆ ਜਿੱਥੇ ਸੰਗਤ ਵੱਲੋਂ ਖੂਨਦਾਨ ਕੀਤਾ ਗਿਆ, ਜਿਸ ਵਿੱਚ ਸੰਸਥਾ ਨੌਜਵਾਨਾਂ ਵੱਲੋਂ ਵੱਧ ਚੜ੍ਹ ਕੇ ਹਿੱਸਾ ਲਿਆ ਗਿਆ। ਇਸ ਵਿੱਚ ਵਿਸ਼ੇਸ਼ ਤੌਰ 'ਤੇ ਪਹੁੰਚੇ ਲਖਵੀਰ ਸਿੰਘ ਲੋਟ, ਰਣਜੀਤ ਸਿੰਘ ਨਿਕੜਾ, ਬਾਬਾ ਪਰਮਜੀਤ ਸਿੰਘ ਦਵਲਾਨ, ਰਣਬੀਰ ਮਹਿਲ, ਤਜਿੰਦਰ ਸਿੰਘ, ਜੇ ਐਸ ਐਲ ਦਪਿੰਦਰ ਸਿੰਘ, ਸਵਰਨ ਸਿੰਘ ਅਤੇ ਰਾਜ ਸਿੰਘ ਜਾਂਗੜਾ। Thank you.